गुरुद्वारा बाबा सहारी माल जी अक्कू मस्तेके विखे गुरु गोबिंद सिंह जी दे छोटे साहिबजादे बाबा जोरावर सिंह, बाबा फतेह सिंह जी अते माता गुजर कौर जी दे शहीदी दिहाड़े उत्ते समागम करवाए गए, जिस दे विच श्री अकाल तख्त साहिब जी दे आदेश मानदिया संगतां दे वल्लों मूल मंत्र दा पाठ कीता गया। बीबियां दे वल्लों सुखमणी साहिब जी दे पाठ कीते गए ते उपरंत भाई रणजीत सिंह गिल्लां वाला दे रागी जथे वल्लों गुरबाणी दा कीर्तन अते कथा विचारां कीतियां गईयां। गायक मुखा विरक धार्मिक गीत गा के अपनी हाजरी लवाई गई। गुरुद्वारा साहिब दे मुख ग्रंथी भाई करम सिंह वल्लों गुरु चरणा दे विच अरदास कीती गई। गुरुद्वारा प्रबंधक कमेटी वल्लों जथे नूं सिरोपाओ दे के सन्मानित कीता गया। इस समागमां दे विच हाजरी भर रहियां संगतां दा कमेटी दे बुलारे दिलबाग सिंह विरक ने धन्नवाद कीता। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਬਾਬਾ ਸਾਰੀ ਮੱਲ ਪਿੰਡ ਅੱਕੂ ਮਸਤੇਕੇ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ ਆ, ਕੀਰਤਨ ਹੋਏ ਆ, ਕਥਾ ਵਿਚਾਰਾਂ ਹੋਈਆਂ ਨੇ। ਸਾਰੀ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਿਛਲੇ 6 ਪੋਹ ਤੋਂ ਲਗਾਤਾਰ 13 ਪੋਹ ਤੱਕ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਸਮਾਗਮ ਚੱਲੇ, ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ। ਸਾਰੀਆਂ ਸੰਗਤਾਂ ਨੂੰ, ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਹਾਂ, ਨਾਲ ਬੇਨਤੀ ਵੀ ਕਰਦੇ ਹਾਂ ਕਿ ਜਿਹੜੇ ਕੋਈ ਨੌਜਵਾਨ ਵੀਰ ਕੋਈ ਪਤਤ ਪੁਣੇ ਦਾ ਸ਼ਿਕਾਰ ਨੇ ਜਾਂ ਕਿਸ ਤਰ੍ਹਾਂ ਦੇ ਵੀ ਕੋਈ ਜ਼ਿੰਦਗੀ ਉਹ ਪੁੱਠੇ ਪਾਸੇ ਦੀ ਜਿਉਂ ਰਿਹਾ ਹੈ, ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਦਿਹਾੜਿਆਂ ਨੂੰ ਸਮਰਪਿਤ ਆਓ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਗੁਰੂ ਘਰ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰੀਏ, ਗੁਰਸਿੱਖੀ ਜੀਵਨ ਵਾਲਾ ਜਿਹੜਾ ਆਪਦਾ ਜਿਹੜਾ ਚਿਹਰਾ ਮੋਹਰਾ ਉਹ ਬਣਾ ਕੇ ਜਿਉਈਏ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮਹਾਨ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।